ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅਗਲੇ 48 ਘੰਟੇ ਜਾਨੀ 2 ਦਿਨ 28 ਅਤੇ 29 ਅਗਸਤ ਦੀ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਮੌਸਮ ਦੀ ਹਲਚਲ ਹੋਣ ਦੇ आसार ਪੰਜਾਬ ਦੇ ਵਿੱਚ ਬਣੇ ਹੋਏ ਨੇ ਕੀ ਮੌਸਮੀ ਗਤੀਵਿਧੀਆਂ ਹੋਣਗੀਆਂ ਕਦੋਂ ਮੌਸਮ ਬਦਲ ਸਕਦਾ ਹੈ ਮੀਂਹ ਜਾਂ ਬੱਦਲਬਾਈ ਦੇ ਹਾਲਾਤ ਕਦੋਂ ਹੋ ਸਕਦੇ ਨੇ ਜਾਂ ਨਹੀਂ ਇਹ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾਂ ਤਾਂ ਆਜਾ ਸੈਟਰਡੇ ਤਸਵੀਰ ਦੇਖ ਰਹੇ ਹਾਂ ਅੱਜ 28 ਅਗਸਤ ਸਵੇਰ ਦੇ ਸਮੇਂ ਦੀ ਕਿਸ ਵੇਲੇ ਮੌਸਮ ਪੰਜਾਬ ਦਾ 100% ਸਾਫ਼ ਹੈ ਚੰਗੀ ਧੁੱਪ ਸਵੇਰ ਦੇ ਸਮੇਂ ਤੋਂ ਹੀ ਹਵਾਵਾਂ ਸਵੇਰ ਤੋਂ ਲੈ ਕੇ ਲਗਭਗ ਦੁਪਹਿਰ ਦੇ ਜਾਂ ਸ਼ਾਮ ਦੇ ਆਸ-ਪਾਸ ਤੱਕ ਪੱਛਮ ਦਿਸ਼ਾ ਤੋਂ ਹੀ ਵਗਣ ਗਈਆਂ ਪਰ ਦੁਪਹਿਰ ਤੋਂ ਬਾਅਦ ਲਗਭਗ ਕਈ ਜਾਂ ਸ਼ਾਮ ਦੇ ਆਸ-ਪਾਸ ਹਵਾਵਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲੂਗਾ ਤੇ ਇਹ ਹਵਾਵਾਂ ਦੀ ਗਤੀ ਤੇ ਦਿਸ਼ਾ ਬਦਲ ਕੇ ਦੱਖਣ ਪੂਰਬ ਤੋਂ ਹੋ ਜਾਵੇਗੀ ਸੋ ਦੱਖਣ ਪੂਰਬੀ ਹਵਾਵਾਂ ਚੱਲਣ ਗਿਆ ਇਹਦਾ ਸਿੱਧਾ ਮਤਲਬ ਹੈ ਕਿ ਇੱਕ ਵਾਰ ਫਿਰ ਇਹ ਮੌਇਸਚਰ ਦੀ ਮਾਤਰਾ ਥੋੜੀ ਜਿਹੀ ਵਧਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪੱਛਮੀ ਹਵਾਵਾਂ ਆੜੀਆਂ ਖੁਸ਼ਕ ਹੁੰਦੀਆਂ ਨੇ ਇੰਨਾ ਕਰਕੇ ਮੌਇਸਚਰ ਥੋੜਾ ਜਿਹਾ ਘਟ ਜਾਂਦਾ ਹੁੰਦਾ ਹੈ ਪਰ ਅੱਜ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇ ਕੁਝ ਇਲਾਕਿਆਂ ਵਿੱਚ ਗਰਜ ਚਮਕ ਵਾਲੇ ਬੱਦਲ ਦੁਪਹਿਰ ਨੂੰ ਜਾਂ ਫਿਰ ਸ਼ਾਮ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਇਹ ਬੱਦਲ ਬਾਈ ਟਟਮੇ ਰੂਪ ਵਿੱਚ ਹੋਵੇਗੀ ਸੋ ਜਿੱਦੇ ਚੱਲਦੇ ਪੰਜਾਬ ਦੇ ਵਿੱਚ ਆਪਾਂ ਟਟਮੇ ਰੂਪ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਲਕੀਆਂ ਫੁਲਕੀਆਂ ਦੇਖਣ ਨੂੰ ਮਿਲਣਗੀਆਂ ਹਾਲਾਂਕਿ ਕੋਈ ਬਹੁਤ ਜ਼ਿਆਦਾ ਭਾਰੀ ਲੰਬੇ ਮੀਂਹ ਦੇ ਅਸਰ ਨਹੀਂ ਹੋਣਗੇ ਮੀਂਹ ਜਿਹੜੇ ਸਪੈਲ ਹੋਣਗੇ ਛੋਟੇ ਹੋਣਗੇ ਉਹ ਕੁਝ ਇਲਾਕਿਆਂ ਵਿੱਚ ਹਲਕੇ ਤੇ ਕੁਝ ਇਲਾਕਿਆਂ ਵਿੱਚ ਤੇਜ਼ ਛਰਾਟੇਦਾਰ ਵਾਲੇ ਵੀ ਹੋ ਸਕਦੇ ਨੇ ਸੋ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਤੋਂ ਲੈ ਕੇ ਰਾਤ ਸਮੇਂ ਅਤੇ ਫਿਰ ਕੱਲ 29 ਅਗਸਤ ਦੀ ਸਵੇਰ ਦਾ ਜੋ ਸਮਾਂ ਹੋਵੇਗਾ ਤੜਕੇ ਸਮੇਂ ਤੋਂ ਸਵੇਰ ਦੇ ਯਾਨੀ ਕਿ 11-12 ਵਜੇ ਤੱਕ ਦਾ ਸਮਾਂ ਦੁਪਹਿਰ ਦੇ ਆਸ-ਪਾਸ ਤਾਂ ਇਸ ਸਮੇਂ ਦੌਰਾਨ ਵੀ ਪੰਜਾਬ ਦੇ ਕਈ ਖੇਤਰਾਂ ਵਿੱਚ ਆਪਾਂ ਨੂੰ ਥੋੜਾ-ਬਹੁਤ ਜ਼ਮੀਨ ਦੀਆਂ ਗਤੀਵਿਧੀਆਂ ਹਲਕੇ-ਫੁਲਕੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਹਦੇ ਵਿੱਚ ਆਪਾਂ ਕੋਈ ਖਾਸ ਇਲਾਕਾ ਇਹ ਨਹੀਂ ਕਹਿ ਸਕਦੇ ਵੀ ਇਸ ਇਲਾਕੇ ਦੇ ਵਿੱਚ ਹੀ ਖਾਸ ਤੌਰ ਤੇ ਮੀਂਹ ਪਵੇਗਾ ਜਾਂ ਇਲਾਕਿਆਂ ਦੇ ਵਿੱਚ ਨਹੀਂ ਪਵੇਗਾ ਕਿਉਂਕਿ ਇਹ ਜਿਹੜੀ ਟੁੱਟਮੀ ਬਦਲਵਾਈ ਆ ਇਹਦਾ ਕੋਈ ਖੇਤਰ ਨਿਸ਼ਚਿਤ ਨਹੀਂ ਹੁੰਦਾ ਜਿਸ ਇਲਾਕੇ ਦੇ ਵਿੱਚ ਵੀ ਥੋੜਾ ਜਿਹਾ ਮੌਸਮ ਅੱਜ ਲਗਭਗ ਹੁਣ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਣਿਆ ਹੈ ਸੋ ਜਿਸ ਇਲਾਕੇ ਦੇ ਵਿੱਚ ਥੋੜਾ ਜਿਹਾ ਗਰਮੀ ਜ਼ਿਆਦਾ ਹੋ ਜਾਂਦੀ ਹੈ ਜਾਂ ਟੈਂਪਰੇਚਰ ਥੋੜਾ ਜਿਹਾ ਜ਼ਿਆਦਾ ਵਧਦਾ ਹੈ ਤਾਂ ਉਸ ਇਲਾਕੇ ਦੇ ਵਿੱਚ ਇਸ ਨਮੀ ਦੇ ਕਾਰਨ ਹੀ ਗਰਜ ਚਮਕ ਵਾਲੇ ਬੱਦਲ ਬਣ ਜਾਂਦੇ ਨੇ ਸੋ ਉਹਨਾਂ ਦੇ ਚੱਲਦੇ ਹੀ ਅਚਾਨਕ ਆਪਾਂ ਨੂੰ ਤੇਜ਼ ਛਰਾਟੇਦਾਰ ਮੀਂਹ ਕੁਝ ਸਮੇਂ ਲਈ ਦੇਖਣ ਨੂੰ ਮਿਲ ਜਾਂਦਾ ਹੈ ਸੋ ਅਜਿਹੀਆਂ ਗਤੀਵਿਧੀਆਂ ਅੱਜ ਆਪਾਂ ਨੂੰ 28 ਅਗਸਤ ਦੁਪਹਿਰ ਤੋਂ ਲੈ ਕੇ ਕੱਲ 29 ਅਗਸਤ ਦੀ ਸਵੇਰ ਦੁਪਹਿਰ ਦੇ ਆਸ-ਪਾਸ ਤੱਕ ਦੇਖਣ ਨੂੰ ਮਿਲਣਗੀਆਂ ਤੇ ਇਨ੍ਹਾਂ ਇਲਾਕਿਆਂ ਇਨ੍ਹਾਂ ਸਮੇਂ ਦੇ ਵਿੱਚ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਅੱਜ ਸ਼ਾਮ ਦੇ ਆਸ-ਪਾਸ ਜਿਵੇਂ ਵੀ ਮੌਸਮ ਦੀ ਹਲਚਲ ਹੋਵੇ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਤੱਕ ਪਹੁੰਚਦੀ ਕਰ ਦਵਾਂਗੇ ਜੇਕਰ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਆਉਂਦੀ ਹੋਈ ਨਜ਼ਰ ਆਵੇਗੀ ਬਾਕੀ ਕੱਲ ਦੁਪਹਿਰ ਤੋਂ ਬਾਅਦ ਫਿਰ ਮੌਸਮ ਸਾਫ਼ ਅਤੇ ਥੋੜਾ ਜਿਹਾ ਸੁਧਰਨਾ ਸ਼ੁਰੂ ਹੋ ਜਾਵੇਗਾ ਦਿਨ ਦਾ ਟੈਂਪਰੇਚਰ ਪਹਿਲਾਂ ਦੇ ਮੁਕਾਬਲੇ ਜਿਵੇਂ ਰਿਹਾ ਲਗਭਗ ਉਸੇ ਤਰ੍ਹਾਂ ਰਹੇਗਾ 1 ਡਿਗਰੀ ਦਾ ਹਲਕਾ ਫੁਲਕਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਇਹਨਾਂ ਦਾ ਭਾਵ ਹੈ ਕਿ 36 35 ਤੋਂ ਲੈ ਕੇ ਕੁਝ ਹਿੱਸਿਆਂ ਵਿੱਚ 36 ਜਾਂ 37 ਡਿਗਰੀ ਦੇ ਆਸ-ਪਾਸ ਦਿਨ ਦਾ ਟੈਂਪਰੇਚਰ ਪਹੁੰਚ ਸਕਦਾ ਹੈ